चल कम जे भी सारे टाइम नाल ही निबड़ गए। घुट चाह दी तो पीण नूं साह लैता सी, पर इहदे बारे सोच सोच के ना टेंशन खड़ी हो जाती है भी खड़े कम ते गया हो जां उत्थे ताश फुटदा होगा। चमा नहीं ये बंदे नूं आए भी तो जवाक दे सिर ते छड्डी बैठा, कल नूं उहदा ब्याह करना, चार पैसे जोड़ने आ। सारा दिन ताश खेड़दा, सारा दिन नहीं पुठे कम्मां तों बाहर आउंदा। ਕਿਵੇਂ ਭਾਬੀ ਕੱਲੀ ਜੀ ਬੋਲੀ ਜਾਂਦੀ ਆ? ਕੱਲੀ ਕੀ ਬੋਲੀ ਜਾਂਦੀ ਆ ਬੋਲ, ਮੈਂ ਨਾ ਕੰਮ ਕਰਕੇ ਬਸ ਹੁਣ ਬਹਿ ਗਈ, ਮੈਂ ਚੱਲ ਮੈਂ ਚਾਹ ਪੀ ਲੈਣੀ ਆ। ਘੁੱਟ ਤਾਂ ਤੂੰ ਕਿਵੇਂ ਆ ਗਿਆ ਸੱਚ ਦੁਕਾਨ ਤੇ? ਨਹੀਂ ਗਿਆ ਚਾਹ ਪੀਣ ਆਇਆ ਸੀ, ਉਹ ਦੁਕਾਨ ਤੇ ਆਏਗਾ, ਗਾਹਕ ਹੀ ਬਹੁਤ ਸੀਗਾ ਦੁਕਾਨ ਤੇ। ਚੱਲ ਵਧੀਆ ਹੋਇਆ, ਗਾਹਕ ਦਾ ਹੀ ਭਾ ਆਪਾਂ। ਉਹ ਦੇਖ ਲੈ ਤੇਰਾ ਭਰਾ ਮੈਨੂੰ ਲੱਗਦਾ ਉੱਥੇ ਤਾਸ਼ ਤਾਂ ਨਹੀਂ ਬੈਠਾ ਸੀ ਕਿਤੇ, ਉੱਥੇ ਬੈਠਾ ਭਾਬੀ। ਉਹ ਤਾਂ ਮੈਂ ਕਿਹਾ ਸੀ ਆ ਜਾ ਘਰੇ ਚੱਲਦੇ ਆ, ਇਹ ਭਾਬੀ ਆ ਪੈਸੇ ਸਾਂਭਦੀ ਚੰਗਾ। ਪੈਸੇ ਤਾਂ ਮੈਂ ਸਾਂਭ ਦੂੰਗੀ, ਇੱਕ ਤੂੰ ਆ ਜਿਹੜਾ ਘਰੇ ਚੰਗਾ ਵਾ, ਜਿਹੜੇ ਚਾਰ ਪੈਸੇ ਲਿਆ ਕੇ ਫੜਾ ਦਿੰਦਾ ਵੀ ਭਾਬੀ ਸਾਂਭਦੀ। ਉਹਨੂੰ ਵੀ ਕਿੰਨੇ ਵਾਰੀ ਸਮਝਾਇਆ ਵੀ ਚਾਰ ਪੈਸੇ ਜੋੜਦਾ ਜੋੜਦਾ, ਜੇ ਕਦੇ ਕੋਈ ਦਿਹਾੜੀ ਬੁੱਤੀ ਜਾਂਦਾ ਹੈਗਾ ਚਾਰ ਪੈਸੇ ਜੋੜਦਾ ਫੌਰਨ ਫੜ ਕੇ ਲੈ ਜਾਂਦਾ, ਇੱਕ ਨਾ ਹੀ ਕਰਦਾ ਹੁੰਦਾ ਫੜਾਉਣ ਦੇ ਪੈਸੇ। ਚਲ ਕੋਈ ਨਾ ਭਾਬੀ, ਭਾਬੀ ਮੈਂ ਤੁਹਾਨੂੰ ਆਪ ਕਿਹਾਗਾ ਮਾਂ ਤੂੰ ਮੇਰੇ ਨਾਲ ਹੀ ਆ ਜਾ ਦੁਕਾਨ ਤੇ, ਉਹ ਕਿਹੜਾ ਗੱਲ ਸੁਣਦਾ ਮੇਰੀ। ਕਿਉਂ ਆ ਜਾ, ਉਹਨੂੰ ਸਰਦਾ ਵਿਹਲੇ ਬੈਠੇ ਤੇਰੇ ਸਿਰ ਤੇ, ਉਹ ਤਾਂ ਤੂੰ ਚੰਗਾ ਵਾ ਜਿਹੜਾ ਸਾਡੀ ਕੁਇਲਦਾਰੀ ਚੱਕੀ ਬੈਠਾ, ਨਹੀਂ ਛੋਟੇ ਭਰਾ ਕੌਣ ਅੱਜ ਕੱਲ ਕਿਸੇ ਦਾ। ਸਹੀ ਗੱਲ ਭਾਬੀ, ਚਲ ਆ ਪੈਸੇ ਜੇ ਸਾਂਭਦੀ ਤੇ ਮੈਂ ਉਹ ਸੀਟਾ ਸੁੱਟਾ ਜੀਆਂ ਲਿਆਉਣੀਆਂ ਦੁਕਾਨ ਤੇ ਚੰਗਾ। ਅੱਛਾ ਵੀ ਹੁਣ ਤਾਂ ਤੂੰ 3.5 ਲੱਖ ਲਾ ਕੇ ਹਟਿਆ ਜੇ, ਹੁਣ ਫੇਰ ਕਹਿੰਦਾ ਸੀਟਾਂ ਲੈ ਕੇ ਆਉਣਾ? ਉਹ ਭਾਬੀ ਲੈ ਦਿੰਦੀਆਂ ਸੀਟਾਂ ਲਾਉਣੀਆਂ ਪਾੜੀਆਂ। ਅੱਛਾ ਅੱਛਾ, ਹੁਣ ਤੈਨੂੰ ਪਤਾ ਵਧੀਆ ਆਪਣਾ ਕੰਮ ਰੁੜ ਗਿਆ ਤੇ ਮੈਂ ਸੋਚਿਆ ਚਲ ਵਧੀਆ ਹੁਣ ਬਣਾ ਲਈਏ ਨਾ ਦੁਕਾਨ ਆਪਦੀ। ਉਹ ਤਾਂ ਭਾਈ ਆਇਆ ਜਿੰਨੀ ਸੋਹਣੀ ਤੇਰੀ ਦੁਕਾਨ ਹੋਊਗੀ ਹਨਾ, ਮੁੰਡੇ ਅੱਜ ਕੱਲ ਤੈਨੂੰ ਪਤਾ ਵੀ ਜਿਆਦੀ ਟ੍ਰੈਂਡ ਵਧਿਆ ਪਿਆ ਵੀ ਵਾਲ ਵੂਲ ਜੇ ਬਣਾਏ ਕੁਝ ਕਰਾਉਂਦੇ ਫਿਰ ਆਲਾ ਸੋਹਣੀ ਦੇ ਦੁਕਾਨ ਦੇਖ ਕੇ ਆਉਂਦੇ ਆ। ਉਹੀ ਤਾਂ ਗੱਲ ਭਾਬੀ, ਬਾਕੀ ਤੈਨੂੰ ਪਤਾ ਆਪਣਾ ਕੰਮ ਵਧੀਆ ਹੈਗਾ। ਹਾਂ ਇਹ ਤਾਂ ਹੈ, ਸਹੀ ਗੱਲ ਹੈ। ਚਲ ਵਧੀਆ, ਚਲ ਮੈਂ ਤੈਨੂੰ ਚਾਹ ਲਿਆ ਕੇ ਦੇ ਦਿੰਦੀ। ਗੱਲੀ ਲੱਗੀ ਮੈਂ ਵੀ ਤੇਰੇ ਨਾਲ ਇੱਥੇ ਬੈਠ ਕੇ, ਨਾ ਮੈਂ ਤੇਰੇ ਪੈਸੇ ਸਾਂਭ ਲਿਆ। ਆ ਪੈਸੇ ਸਾਂਭ ਨਹੀਂ ਚੰਗਾ? ਹਾਂ ਹਾਂ ਲਿਓ ਨਹੀਂ ਮੈਂ ਚਾਹ ਤਾਂ। चार पैसे जोड़ दूगा वो जिंदगी, सारी उम्र ताश पत्ता खेडी चलो चंगा जोड़न की गल ना करी, बस आज जित लिया सदा नहीं बंदा जितता, ए तेन भुस पै गया, एक दिन जित गया दूजे दिन दुगड़े हारे आना हुना गा। ਨਾ ਤੂੰ ਬੱਚੇ ਭੁੱਖੀ ਮਰਦੀ ਆ ਦੱਸ ਵੀ ਐ ਕਹਿੰਦੀ ਐ। ਮੈਂ ਕਦੋਂ ਕਹਿੰਦੀ ਆ ਕਿ ਵੀ ਮੈਂ ਭੁੱਖੀ ਮਰਦੀ ਆ? ਕੋਈ ਨਹੀਂ ਭੁੱਖਾ ਮਰਦਾ ਹੁੰਦਾਗਾ, ਇਹ ਥੋੜੀ ਹੁੰਦਾ ਕਿ ਜੇ ਕੱਲਾ ਰੋਟੀ ਪਾਣੀ ਖਾ ਕੇ ਪੈ ਗਈ ਤੇ ਬੰਦੇ ਨੂੰ ਸਭ ਕੁਝ ਹੀ ਹੋ ਗਿਆ, ਘਰੇ ਨਹੀਂ ਕੁਛ ਕਰਨਾ, ਘਰ ਰੋਟੀ ਪਾਣੀ ਖਵਾਏਗੀ ਕਿ ਐ ਬੋਲੀ ਜਾਏਗੀ? ਕੋਈ ਨਾ ਲਿਆਉਣੀ ਆ ਰੋਟੀ, ਹੁਣ ਜੇ ਵਧੀਆ ਕੰਮ ਧੰਦੇ ਤੇ ਗਿਆ ਹੋਣਾ ਨਾ ਬੰਦਾ ਆਪ ਹੀ ਖੁਸ਼ ਹੋ ਜਾਂਦੀ ਐ ਤੀਵੀਂ ਵੀ ਹਾਂ ਬੰਦਾ ਮੇਰਾ ਕੰਮ ਤੋਂ ਆਇਆ, ਥੱਕਿਆ ਥਕਾਇਆ ਆਇਆ, ਇਹਨੂੰ ਨਹਾਉਣ ਨੂੰ ਪਾਣੀ ਪਾਵਾਂ, ਕੱਪੜੇ ਲੀੜੇ ਦੇਵਾਂ, ਰੋਟੀ ਟੁੱਕ ਫੜਾਵਾਂ, ਆਪ ਹੀ ਚਾਹ ਚੜ ਜਾਂਦਾ, ਚਾਹ ਚਾਹ 'ਚ ਕੰਮ ਕਰਦੀ ਫਿਰਦੀ ਐ। ਦੱਸ ਕਾਹਦੇ ਚਾਹ ਚੜਨੇ ਮੈਨੂੰ ਤਾਂ ਕਲਪਨਾ ਲੱਗੀ ਰਹਿੰਦੀ ਐ ਸਾਰਾ ਦਿਨ। ਜਲਦੀ ਜਾ ਲੈ, ਮੈਂ ਜਾਣਾ ਫਿਰ ਖੇਡਣ ਦੱਸ। ਹਾਏ ਰੱਬਾ ਵੇ, ਆਏ ਨਾ ਕਿਉਂ ਵੀ ਕੰਮ ਤੇ ਜਾਣਾ, ਠੀਕ ਆ ਤਾਂ ਕੀ ਕੰਮ ਹੀ ਹੁੰਦਾ ਇੱਕ, ਸੋਨੂੰ ਕੌਣ ਸਮਝਾਵੇ ਤੁਹਾਡੇ ਨਾਲ, ਮੈਂ ਮੱਥਾ ਮਾਰ ਮਾਰ ਕੇ ਨਾ ਆਪ ਆਪਦਾ ਮਜ਼ਬੂਤ ਭਾਈ ਕਰ ਲੈਣੀ ਐ, ਲੈ ਕੇ ਦਿੰਨੀ ਆ ਰੋਟੀ। ਉਹ ਬੋਲਦੀ ਰਹਿੰਦੀ ਐ ਸਾਰਾ ਦਿਨ, ਮੈਂ ਤਾਂ ਦਿਮਾਗ ਖਰਾਬ ਆ। ਮੰਮੀ ਭੁੱਖ ਲੱਗੀ ਆ। ਪੁੱਤ ਭੁੱਖ ਲੱਗੀ ਐ, ਮੈਂ ਤੈਨੂੰ ਰੋਟੀ ਦੇ ਦਿੰਨੀ ਐ, ਕੋਈ ਗੱਲ ਨਹੀਂ ਉੱਥੇ ਚੱਲੋ। ਕਿੱਧਰ ਭੱਗ ਗਈਆਂ ਸੀ ਤੁਸੀਂ? ਅਸਾਂ ਖੇਡਣ ਗਈਆਂ ਸੀ। ਕਿੰਨਾ ਦੇ ਘਰੇ ਗਈਆਂ ਸੀ? ਅਨਮੋਲ ਕੇ ਘਰੇ। ਅੱਛਾ, ਅਨਮੋਲ ਕੇ ਵਾਗੀਆਂ ਸੀ। ਚੱਲ ਕੋਈ ਗੱਲ ਨਹੀਂ, ਜਾਓ ਉੱਥੇ ਚੱਲੋ ਅੰਦਰ। ਆ ਗਈ ਮੈਂ, ਭਾਂਡੇ ਧੋ ਕੇ ਦਿੰਨੀ ਆ ਰੋਟੀ। ਕੀ ਲੈ ਦੱਸ ਵੀ, ਐਡੇ ਐਡੇ ਦੋ ਜਵਾਕੜੀਆਂ ਹੋ ਰਹੀਆਂ, ਭੋਰਾ ਸ਼ਰਮ ਨਹੀਂ ਕਰਦਾ? ਜੇ ਚਾਰ ਪੈਸੇ ਜੋੜੇਗਾ ਇਹਨਾਂ ਨੂੰ ਪੜ੍ਹਾ ਲਿਖਾ ਕੇ ਕੱਲ੍ਹ ਨੂੰ ਕੋਈ ਨੌਕਰੀ 'ਤੇ ਲਾ ਦਾਂਗੇ, ਹੈਂ ਕੋਈ ਚੰਗੀ ਨੌਕਰੀ ਮਿਲ ਜੂ ਜਵਾਕੜੀਆਂ ਨੂੰ, ਗਰੀਬੀ ਚੱਕੀ ਜਾਊਗੀ ਆਪਣੀ। ਜੋ ਤੁਸੀਂ ਤਾਸ਼ ਖੇਡੋਗੇ ਮੇਰੇ ਕੋਲ ਪੈਸਾ ਨਹੀਂ ਹੋਊਗਾ, ਵੀ ਮੈਂ ਕਿੱਥੋਂ ਲਾਈ ਜਾਊਂਗੀ? ਨਾ ਮੈਨੂੰ ਕਿਸੇ ਦੇ ਪੋਚੇ ਲਾਉਣ ਜਾਣ ਦਿੰਦੇ ਆ, ਨਾ ਹੀ ਕੋਈ ਕੰਮ ਲੱਗਣ ਦਿੰਦੇ ਹੈਗੇ। ਉਦੋਂ ਕਹਿ ਦਿੰਦਾ ਮੇਰੀ ਸ਼ਾਨ 'ਚ ਫਰਕ ਪੈਂਦਾ ਵੀ ਕੰਮ ਨਹੀਂ ਕਰਨਾ, ਲੋਕ ਕੀ ਕਹਿਣਗੇ, ਵੀ ਲੋਕਾਂ ਦਾ ਕੀ ਹੈ, ਜਿੰਨੇ ਮੂੰਹ ਉੰਨੀਆਂ ਗੱਲਾਂ, ਵੀ ਉਹ ਤਾਂ ਕਰਦੇ ਹੀ ਰਹਿਣਗੇ, ਉਹਨਾਂ ਨੇ ਕੀ ਦੱਸ ਮੇਰੀਆਂ ਕੁੜੀਆਂ ਪਾਲ ਕੇ ਦੇਣੀਆਂ? ਜੇ ਮੈਂ ਕੰਮ ਕਰੂੰਗੀ ਚਾਰ ਪੈਸੇ ਮਹੀਨੇ ਦੇ ਮਹੀਨੇ ਘਰ ਆ ਜਾ ਕਰਨਗੇ, ਆਪਣੀਆਂ ਜਵਾਕੜੀਆਂ ਪਾਲ ਜਾਣਗੀਆਂ। ਹੁਣ ਜਵਾਕੜੀਆਂ ਨਾ ਵੀ ਮੈਂ ਕੀ ਦੁੱਖ ਸੁੱਖ ਸਾਂਝੇ ਕਰਾਂ, ਨਿਆਣੀਆਂ ਹੈਗੀਆਂ ਵੀ ਦਿਨੋਂ ਦਿਨ ਇਹ ਵੱਡੀਆਂ ਹੀ ਹੋਣਗੀਆਂ, ਕਬੀਲਦਾਰੀ ਵੱਧਦੀ ਆ, ਕਿਵੇਂ ਨਾ ਕਿਵੇਂ ਕੀ ਸਮਝਾਵਾਂ ਮੈਂ, ਆਪੇ ਸੁਰਤ ਆ ਜਾਏ ਬੰਦੇ ਨੂੰ ਤਾਂ।
ਪੁੱਤ ਹੁਣ ਤੁਸੀਂ ਰੋਟੀ ਪਾਣੀ ਖਾ ਲਿਆ ਤੇ ਸਾਰਾ ਦਿਨ ਹੋ ਗਿਆ ਤੁਹਾਨੂੰ ਖੇਡਦੇ ਨੂੰ ਬਿੰਦ ਝੱਟ ਨਾ ਪੜ੍ਹ ਵੀ ਲਿਆ ਕਰੋ ਠੀਕ ਆ ਮੰਮੀ ਤੁਸੀਂ ਜੇ ਨਾਲ ਲੜਦੇ ਹੋ ਪੁੱਤ ਮੈਂ ਲੜਦੀ ਨਹੀਂ ਮੈਂ ਤਾਂ ਉਹਨੂੰ ਪੈਸਿਆਂ ਨੂੰ ਕਹਿੰਦੀ ਹੁੰਦੀ ਹਾਂ ਵੀ ਪੈਸੇ ਦੇ ਦਿਆ ਕਰੇ ਆਪਾਂ ਨੂੰ ਕਿਉਂਕਿ ਸਾਰੇ ਪੈਸੇ ਤੇਰਾ ਮੋਰ ਚਾਚੇ ਉਹ ਕਰਦਾ ਗਾ ਵੀ ਉਹ ਹੀ ਦਿੰਦਾ ਹੁੰਦਾ ਆਪਾਂ ਨੂੰ नहीं पुत डैडी नहीं दिता हों क्योंकि डैडी कम ही नहीं करता जे कम करूगा तो आपको पैसे दूगा चल कोई गल नहीं तुसी ना टेंशन लो यह जी गल की जी पढ़ लो जाके बिंद पुत लिया दूंगी शहरों सूट ठीक है मैं ना तुसी मैं पता भी तुसी जीन टॉप नू कहने हो वह भी लिया दूंगी मैं आ भी सोहने सूट होंगे ये भी वधिया लगते होंगे कुड़ियों के तां जा अंदर चल जाओ चल जो मेरे पढ़ लिया हूँ कितने हो गए भी टीवी ला रहे ले जवाकड़ा भी चरना की करना इन्हों भी पता भी मैं इन्होंने प्यो न लड़ती रही हूँ पर ये प्यो न नहीं पता लगता भी वह मेरे ना का तो लड़ती है भी दो जवाकड़ियाँ हो रही मैं तेरे ना ता लड़ती हाँ भी हे बंद तेन भी कदम समझ आ जाए किसी गल की मैं तो किसी पास निकल भी नहीं सकती दो जवाकड़ियों को लेके मैं कितने जावा ना कोई काम करने देते है की करे जनानी भी बेचारी भाभी क्या मैं बोली जानी हां अनमोल की करा मेरे घर में ना कल्ला बोलना ही रह गया और मैं की करा गल की होगी गल तेनू रोज दे पता ही है तेरे भाई नु जिन्ना कुछ कहनी है गल काम ही नहीं कर भाभी जी नी भगाई करी जाऊंगी थोड़ी है क्यों मैं ओदे ना मत्था मारा जो काम करदे ही नहीं एमे की फायदा फिर चंगी ਪਾਪੀ ਮੰਜਲੇ ਨੂੰ ਲੈ ਕੇ ਆਉਂਗਾ ਪਰਸੋਂ ਪਰਸੋਂ ਨੂੰ ਕੀ ਆ ਕੱਲ ਨੂੰ ਲਿਆਈ ਉਹਨੂੰ ਜਾ ਕੇ ਉਹ ਪਾਪੀ ਮੈਨੂੰ ਆਇਆ ਫਿਰ ਹੁਣ ਕੱਲ ਨੂੰ ਆਪਾਂ ਸਮਾਨ ਨੂੰ ਢੋਲਾਂਗੇ ਇੱਧਰ ਉਹ ਕੀ ਕਰੂਗੀ ਹੁਣ ਮੈਂ ਤਾਂ ਪਰਸੋਂ ਹੀ ਲੈ ਕੇ ਆਉਂਗਾ ਉਹਨੂੰ ਵੀ ਉਹ ਤਾਂ ਵਿਚਾਰੀ ਨਵੀਂ ਨਵੇਲੀ ਉਹ ਥੋੜੀ ਨਾ ਸਮਾਨ ਢੋਊਗੀ ਕੋਈ ਮੁੰਡੇ ਲਾਲੇ ਸਲੂਨ ਚ ਦੋ ਨਾਲ ਨਾ ਮੁੰਡੇ ਤਾਂ ਆਪਣੇ ਦੋਸਤ ਹੈਗੇ ਬਥੇਰੇ ਆਪਣੇ ਨਾਲ ਵੱਡਾ ਵੇਲੜ ਤਾਂ ਹੈਗਾ ਇਹਨੂੰ ਲਾਲਾਂਗੇ ਨਾਲ ਉਹ ਜਾ ਕੇ ਲਿਆ ਕੇਰਾ ਤੂੰ ਇੱਧਰ ਹੀ ਲਿਆ ਉਹਨੂੰ ਹਜੇ ਨਹੀਂ ਪਾਪੀ ਹੁਣ ਇੱਥੇ ਨਹੀਂ ਉੱਧਰ ਹੀ ਹੁਣ ਸਿੱਧਾ ਉਹਨੂੰ ਉੱਧਰ ਹੀ ਲੈ ਕੇ ਜਾਵਾਂਗੇ ਅੱਛਾ ਹਾਂ ਪਰਸੋਂ ਮੈਂ ਲਿਆਉਂਗਾ ਜਾ ਕੇ ਤੇ ਕੱਲ ਨੂੰ ਆਪਾਂ ਸਾਰਾ ਸਮਾਨ ਸਮੂਨ ਢੋ ਦਈਏ ਪਰ ਸੋਈ ਚ ਰੰਗ ਰਹਿ ਗਿਆ ਚਾ ਜਿਹੜਾ ਮੋਟਾ ਮੋਟਾ ਸਮਾਨ ਆਉ ਤਾਂ ਅੱਜ ਰਾਤ ਨੂੰ ਢੋਲੋ ਕੁਛ ਨਹੀਂ ਹੁੰਦਾ ਹਾਂ ਹਾਂ ਬਾਕੀ ਉਹਨਾਂ ਨੇ ਆਪ ਹੀ ਕਰੀ ਜਾਂਦੇ ਸੈਟਿੰਗ ਸਾਫ ਸਫਾਈ ਉਹਨਾਂ ਨੇ ਕਰਤੀ ਬਹੁ ਕਹਿੰਦੇ ਸਮਾਨ ਰੱਖ ਲਓ ਤੁਸੀਂ ਆਪਦਾ ਚਲ ਠੀਕ ਆ ਫਿਰ ਕੋਈ ਗੱਲ ਨਹੀਂ ਭਾਬੀ ਰੋਟੀ ਪਾ ਦੇ ਮੈਨੂੰ ਸੱਚ ਭੁੱਖ ਲੱਗੀ ਆ ਫਿਰ ਸੌਂ ਜਾਊਂਗਾ ਚਲ ਹਾਂ ਥੱਪੇ ਆ ਨਾ ਤੂੰ ਵੀ ਹਣਾ ਦੀ ਰਾਤ ਕਰਾ ਦੇ ਵੀ ਸਲੂਨ ਵਾਲੇ ਤਾਂ ਗਾਹ ਬਹੁਤ ਹੁੰਦੇ ਆ ਦੁਕਾਨ ਤੇ ਚਲ ਵਧੀਆ ਗਾਹਾਂ ਦੇ ਭਾਅ ਬਣਦਾ ਭਾਈ ਚਲ ਬਣਾ ਦੇ ਭਾਬੀ ਰੋਟੀ ਹਜੇ ਤੱਕ ਨਹੀਂ ਆਇਆ ਮੈਂ ਜਵਾਕੜਾਂ ਵੀ ਸੌਂ ਗਿਆ ਸੀ ਰਾਤ ਕਰ ਦਿੰਦਾ ਕਰ ਲਈ ਜਿਨ੍ਹਾਂ ਨੇ ਬੇੜੀ ਬੈਠੇ ਹੋਏ ਨੇ ਬੇੜਾ ਗੱਤ ਕੀਤਾ ਪਿਆ ਗਾ
ਸਾਰੇ ਪੰਜਾਬ ਦਾ ਕਿੱਥੇ ਨਸ਼ੇ ਵੇਚਦੇ ਆ ਇਹਨਾਂ ਦੇ ਧੀ ਪੁੱਤ ਕਰਨ ਲੱਗ ਗਿਆ ਨਸ਼ੇ ਫਿਰ ਇਹਨਾਂ ਨੂੰ ਪਤਾ ਲੱਗਦਾ ਜਦੋਂ ਪੀ ਪੀ ਕੇ ਉੱਥੇ ਮਰਿਆ ਕਰਨਗੇ ਜਦੋਂ ਹੋਰ ਲੋਕਾਂ ਦੇ ਨੌਜਵਾਨ ਗੱਭਰੂ ਪੁੱਤ ਮਰਦੇ ਆ ਤੇ ਇਹੋ ਜਿਹੀਆਂ ਸਾਡੇ ਅੱਗੇ ਵਹਿੰਦੇ ਵਰਗੀਆਂ ਵੀ ਵਿਧਵਾ ਵਾਲੀ ਜੂਨ ਕੱਟਦੇ ਰਹਿੰਦੀਆਂ ਵੀ ਦੋ ਦੋ ਤਿੰਨ ਤਿੰਨ ਦੇ ਜਵਾਕੜੀਆਂ ਹੁੰਦੀਆਂ ਕੁੜੀਆਂ ਹੋ ਜਾਂਦੀਆਂ ਹੁੰਦੀਆਂ ਮੁੜ ਕੇ ਔਖਾ ਕਿੰਨਾ ਹੁੰਦਾ ਕੁੜੀਆਂ ਵੰਡੇ ਪਾਲਣੇ ਕਿਹੜਾ ਸੌਖੇ ਹੁੰਦੇ ਆ ਜਦੋਂ ਨਸ਼ੇ 'ਚ ਪੈ ਜਾਂਦੇ ਇਕੱਲੀ ਜਨਾਨੀ ਕੀ ਕਰੇ ਤਾਂ ਵੀ ਕੰਮ ਕਰ ਸਕਦੀ ਆ ਹਾਏ ਵੇ ਮੇਰਾ ਰੱਬਾ ਸਸਿਕਾ ਬੱਬੀ ਸਸਿਕਾ ਕਿਵੇਂ ਹੋ ਠੀਕ ਹੈ ਵਧੀਆ ਕਿਵੇਂ ਲੱਗਿਆ ਤੇਰਾ ਨਵਾਂ ਘਰ ਹਾਂ ਬਹੁਤ ਸੋਹਣਾ ਰੂਮ ਬਣਾਤਾ ਵਧੀਆ ਬਣ ਗਿਆ ਹਾਂ ਬਹੁਤ ਜ਼ਿਆਦਾ ਬੈਠ ਬੱਬੀ ਕੋਈ ਨਾ ਤੁਸੀਂ ਬੈਠੋ ਮੈਂ ਚਾਹ ਪਾਣੀ ਲੈ ਕੇ ਆਉਂਦਾ ਬੱਬੀ ਬੈਠ ਜਾ ਕੋਈ ਚਾਹ ਪੀ ਲੈ ਕੋਈ ਨਹੀਂ ਹਨੇਰੀ ਛੱਤੀ ਹੋਰ ਦੱਸੋ ਕਿਵੇਂ ਹੋ ਠੀਕ ਹੈ ਵਧੀਆ ਤੇਰੇ ਪੇਕੇ ਕਿਵੇਂ ਸੀ ਸਾਰੇ ਠੀਕ ਸੀ ਸਭ ਵਧੀਆ ਬਹੁਤ ਵਧੀਆ ਨੇ ਸਾਰੇ ਤੁਸੀਂ ਸਾਨੂੰ ਮਿਸ ਨਹੀਂ ਕੀਤਾ ਇਹਨਾਂ ਦਾ ਬਹੁਤ ਕੀਤਾ ਮੈਂ ਨਵਾਂ ਰੂਮ ਦੇਖ ਕੇ ਬਹੁਤ ਖੁਸ਼ ਹੋਈ ਚੱਲ ਕਰੀ ਜਾਂਦੇ ਬਾਬੀ ਵਧੀਆ ਕੰਮ ਹਾਂ ਕਰੀ ਜਾਂਦੇ ਮੈਂ ਤਾਂ ਕੁਝ ਨਹੀਂ ਪੁੱਛਿਆ ਬਸ ਚਾਹ ਫੜਾਈ ਸੀ ਮੈਂ ਪੁੱਛਦਾ ਵੀ ਕਿੰਨੇ ਦਿਨ ਲੱਗਣਗੇ ਬਾਹਰ ਨੂੰ ਵੇਟ ਦੇਣਗੇ ਮੈਂ ਲੱਗਾ ਤਾਂ ਤੱਕਦਾ ਸ਼ਾਇਦ ਇਹ ਤਾਂ ਵਿਚਾਰੇ ਰਾਤ ਦੇ ਥੱਕੇ ਸੀਗੇ ਕੱਲ ਦੇ ਲੱਗੇ ਸਮਾਨ ਢੋਣ ਸਵੇਰ ਉੱਠ ਖੜੇ ਸੀ 4 ਵਜੇ ਹੁਣ ਤਾਂ ਹੋ ਗਿਆ ਹੋਣਾ ਪੂਰਾ ਬਸ ਆ ਨਿਬੇੜ ਦੇਣਗੇ ਮੈਂ ਲੈ ਕੇ ਬਾਰੋ ਬਾਰੋ ਰਹਿ ਗਿਆ ਬਸ ਬਾਕੀ ਨਾ ਉਹਨਾਂ ਨੂੰ ਜਾ ਕੇ ਹਾਂ ਪੁੱਛ ਲਓ ਕੋਈ ਹਾਂ ਤੁਸੀਂ ਕਰੋ ਗੱਲਾਂ ਮੈਂ ਜਾਇਆ ਮਾੜਾ ਇਹਨਾਂ ਕੋਲ ਕੋਈ ਗੱਲ ਨਹੀਂ ਕਰ ਇਹ ਤਾਂ ਨਾ ਸਵੇਰੇ ਦਾ ਉੱਠਿਆ ਦਮ ਵੀ ਨਹੀਂ ਲੱਤਾ ਸਵੇਰੇ ਸਵੇਰੇ ਫਿਰ 8 ਵਜੇ ਤੈਨੂੰ ਲੈਣ ਚੱਲ ਗਿਆ ਕਹਿੰਦਾ ਭਾਬੀ ਚੱਲ ਮੈਂ ਜਾਵਾਂ ਕਹਿੰਦਾ ਮੈਂ ਕਿਹਾ ਸੀ ਜਿੰਮ ਮੈਂ ਲੈ ਕੇ ਆਉਣਾ ਮੈਂ ਕਿਹਾ ਕੋਈ ਗੱਲ ਨਹੀਂ ਚੱਲ ਜੇ ਫਿਰ ਟਾਈਮ ਨਾਲ ਹੀ ਮੁੜਿਆ ਆ ਨਾ ਚੱਲ ਵਧੀ ਅੱਧੇ ਰਾਤ ਤੋਂ ਮੇਰਾ ਵੀਰਾ ਛੱਡ ਗਿਆ ਸੀ ਨਾ ਅੱਛਾ ਉਸ ਤੋਂ ਅੱਗੇ ਫਿਰ ਇਹ ਮੈਨੂੰ ਲੈਣ ਆਉਂਦੀ ਸੀ ਹਾਂ ਫਿਰ ਇਹਦਾ ਕਰ ਕੇ ਕਹਿਤਾ ਕਿਉਂਕਿ ਰਾਤ ਦੇ ਵੀ ਥੱਕੇ ਆ ਤੇ ਮੁੜ ਕੇ ਤੈਨੂੰ ਪਤਾ ਕੰਮ ਉਧਰੋਂ ਸ਼ੁਰੂ ਹੋ ਜਾਂਦਾ ਕੰਮ ਬਹੁਤ ਹੋ ਜਾਂਦਾ ਚੱਲ ਤੂੰ ਬੈਠ ਆਰਾਮ ਕਰ ਲੈ ਤੇ ਮੈਂ ਚਾਹ ਲੈ ਕੇ ਆਉਣੀ ਤੇਰੇ ਵਾਸਤੇ ਠੀਕ ਬਈ ਕਿੰਨੇ ਦਿਨ ਦਾ ਰਹਿ ਗਿਆ ਕੰਮ ਨਿਪੜ ਜੀ ਕੱਲ ਨਿਪੜ ਜੀ ਨਿਮੇੜ ਦੇ ਕੱਲ ਨੂੰ ਕੱਲ ਚਲ ਵਧੀਆ ਉਹ ਬਈ ਯਾਰ ਸਾਡੇ ਵਾਲੇ ਸ਼ੋਰ ਜੀ ਨੂੰ ਮਾੜਾ ਮੋਟਾ ਸਮਝਾ ਦਿਆ ਕਰੋ ਯਾਰ ਕਿਵੇਂ ਕੀ ਗੱਲ ਉਹ ਯਾਰ ਸੱਤੇ ਲਾ ਛੱਡਦਾ दारू ਪੀ ਛੱਡਦਾ ਯਾਰ ਸਾਰਾ ਘਰ ਬਰਬਾਦ ਕਰ ਛੱਡਿਆ ਨਾ ਯਾਰ ਇਹ ਤਾਂ ਘਰ ਦੇ ਵਿੱਚ ਹੋ ਰਿਹਾ ਨਸ਼ਾ ਵਾਲਾ ਉਹ ਬਹੁਤ ਜਿਹੜੀ ਵੱਤ ਕੰਮ ਘੱਟ ਕਰਦੇ ਆ ਉਹੀ ਤਾਂ ਗੱਲ ਹੈ ਇਹਨਾਂ ਨੂੰ ਸਮਝਾਉਂਦੇ ਆ ਵੀ ਸਮਝ ਮਾੜਾ ਮੋਟਾ ਸਮਝਦੇ ਹੀ ਨਹੀਂ ਯਾਰ ਚਲ ਕੋਈ ਗੱਲ ਨਹੀਂ ਕਹਿ ਕੇ ਦੇਖ ਲਵਾਂ ਹਾਂ ਹਾਂ ਤੇ ਆਉਂਗੇ ਬਈ ਸਵੇਰੇ ਫਿਰ ਹਾਂ ਕੱਲ ਨੂੰ ਚਲ ਆ ਜਾਓ ਫਿਰ ਨਿਬੇੜ ਦੇ ਹੋਣਾ ਕੱਲ ਨੂੰ ਹਾਂ ਠੀਕ ਆ ਬਈ ਅੰਜਲੀ ਵਧੀਆ ਲੱਗਿਆ ਆਪਣਾ ਰੂਮ ਤੈਨੂੰ ਹਾਂ ਯਾਰ ਬਹੁਤ ਸੋਹਣਾ ਲੱਗਿਆ ਕੰਮ ਵੀ ਬਹੁਤ ਸੋਹਣਾ ਕੀਤਾ ਨਾ ਹਾਂ ਹਾਂ ਵਧੀਆ ਕੰਮ ਕਰਿਆ ਹੋਇਆ ਆਪਣਾ ਦੋਸਤੀ ਹੈ ਮਿਸਤਰੀ ਅੱਛਾ ਇੱਕ ਗੱਲ ਪੈਸੇ ਕਿੰਨੇ ਕੁ ਲੱਗ ਗਏ ਓਏ ਤੂੰ ਪੈਸੇ ਤੋਂ ਕੀ ਲੈਣਾ ਪੈਸੇ ਮੈਂ ਲਾਏ ਫਿਰ ਵੀ ਦੱਸੋ ਤਾਂ ਸਹੀ ਹੁਣ ਦੱਸਣਾ ਤੂੰ ਹਾਂ 4 ਲੱਖ ਰੁਪਏ ਲੱਗੇ ਤੇ ਦੀਦੀ ਵਾਲੇ ਰੂਮ ਚ ਉਹਨਾਂ ਦੇ ਬਸ ਦੋਨੋਂ ਚ 4 ਲੱਗੇਗਾ ਬਾਕੀ ਸਾਰਾ ਤੁਸੀਂ ਲਾਇਆ ਹਾਂ ਬਾਕੀ ਰੰਗ ਰੋਗ ਵੀਰੇ ਨੇ ਕੁਝ ਵੀ ਨਹੀਂ ਦਿੱਤਾ ਉਹ ਯਾਰ ਤੈਨੂੰ ਪਤਾ ਤਾਂ ਹੈਗਾ ਵੀਰਾ ਕਿਹੜਾ ਕੰਮ ਕਰਦਾ ਸਾਡੇ ਕੁਝ ਵੰਡੇ ਹੀ ਨਹੀਂ ਤੈਨੂੰ ਪਤਾ ਤਾਂ ਹੈਗਾ ਯਾਰ ਇਹ ਥੋੜੀ ਹੁੰਦੇ ਤੁਸੀਂ ਉਹ ਤੁਹਾਨੂੰ ਪਾਗਲ ਬਣਾ ਰਹੇ ਤੁਸੀਂ ਬਣੇ ਜਾ ਰਹੇ ਹੋ ਉਹ ਨਹੀਂ ਯਾਰ ਇਹੋ ਜੀ ਕੀ ਗੱਲ ਹੈ ਭਾਬੀ ਤੈਨੂੰ ਪਤਾ ਵਧੀਆ ਵੀਰਾ ਹੁਣ ਫਿਰ ਉਹਨੂੰ ਸਮਝਦੇ ਹੀ ਨਹੀਂ ਹੁਣ ਕੀ ਕਰ ਸਕਦੇ ਆ ਫਿਰ ਮੇਰੀ ਗੱਲ ਸੁਣੋ ਆਪਣਾ ਵੀ ਫਿਊਚਰ ਆ ਅੱਗੇ ਆਪਾਂ ਆਪਣੇ ਵੀ ਜੋੜਨੇ ਆ ਪੈਸੇ ਉਹ ਜੁੜੀ ਜਾਣਗੇ ਯਾਰ ਪੈਸੇ ਕੋਈ ਚੱਕਰ ਨਹੀਂ ਉਹ ਯਾਰ ਫਿਰ ਹੁਣ ਹਟਦੇ ਨਹੀਂ ਸੱਟੇ ਲਾਉਣ ਹੁਣ ਬਥੇਰਾ ਭਾਬੀ ਬਥੇਰਾ ਸਮਝਾਉਂਦੀ ਹੈ ਮੈਂ ਬਥੇਰਾ ਸਮਝਾ ਕੇ ਦੇਖ ਲੈ ਉਹ ਹਟਦੇ ਹੀ ਨਹੀਂ ਹੁਣ ਜੋ ਸੱਟੇ ਲਾਉਣੋਂ ਦਾਰੂ ਪੀਂਦਾ ਹੋਰ ਪਤਾ ਨਹੀਂ ਕੀ ਅੱਗ ਸਵਾਹ ਖਾਂਦਾ ਹੁਣ ਕੀ ਕਹਿ ਸਕਦੇ ਯਾਰ ਮੈਨੂੰ ਨਹੀਂ ਪਤਾ ਬਸ ਬਸ ਬਹੁਤ ਹੋ ਗਿਆ ਹੁਣ ਤੁਸੀਂ ਜਿੰਨੇ ਵੀ ਪੈਸੇ ਲਿਆਉਂਗੇ ਸਾਰੇ ਮੇਰੇ ਹੱਥ 'ਚ ਰੱਖਿਓ ਭਾਬੀ ਦੇ ਨਹੀਂ ਕਿਉਂਕਿ ਘਰ ਮੈਂ ਚਲਾਉਂਗੀ ਭਾਬੀ ਕੀ ਸੋਚੂਗੀ ਯਾਰ ਮੈਨੂੰ ਨਹੀਂ ਪਤਾ ਕਿਉਂ ਆਪਦੇ ਬੰਦੇ ਤੰਗੇ ਚਲ ਆਪਾਂ ਐਂ ਕਰਿਆ ਕਰਾਂਗੇ ਹੁਣ ਯਾਰ ਜੇ ਇੱਕੋ ਦਮ ਉਹਨੂੰ ਫੜਾਉਣੋਂ ਹਟ ਗਏ ਫਿਰ ਭਾਬੀ ਸੋਚੂਗੀ ਵੀ ਉਹਨੇ ਕਹਿਤਾ ਫਿਰ ਤੇਰੇ 'ਤੇ ਗੱਲ ਆਊਗੀ ਨਾ ਹੁਣ ਆਪਾਂ ਐਂ ਕਰਿਆ ਕਰਾਂਗੇ ਜਿੰਨੇ ਪੈਸੇ ਬਣਨਗੇ ਉਹ 'ਚੋਂ ਥੋੜ੍ਹੇ ਮੋਟੇ ਉਹਨਾਂ ਨੂੰ ਦੇ ਦਿਆ ਕਰਾਂ ਬਾਕੀ ਕੋਲ ਰੱਖ ਲਿਆ ਕਰਾਂਗੇ ਜ਼ਰੂਰਤ ਦੇ ਹਿਸਾਬ ਨਾਲ ਹੀ ਦਿਓ ਯਾਰ ਹੁਣ ਭਾਬੀ ਦਾ ਵੀ ਖਰਚਾ ਚਲਾਉਣਾ ਹੁਣ ਵੀਰਾ ਤਾਂ ਤੈਨੂੰ ਪਤਾ ਹੀ ਯਾਰ ਕਰਦੇ ਨਹੀਂ ਵੀਰੇ ਨੂੰ ਸਮਝਾਓ ਸਾਰਾ ਦਿਨ ਸੱਟੇ ਵਾਂਗੂ ਸੱਟੇ ਖੇਡਦਾ ਰਹਿੰਦਾ ਵਿਹਲੇ ਆਉਂਗੂ ਯਾਰ ਸਮਝਦੇ ਹੀ ਨਹੀਂ ਗੱਲ ਉਹ ਮੇਰੀ ਮੈਂ ਉਹਨੂੰ ਬਹੁਤ ਸਮਝਾਇਆ ਵੀ ਯਾਰ ਬਾਈ ਛੱਡ ਦੇ ਤੂੰ ਯਾਰ ਕਿਉਂ ਹਨਾ ਘਰ ਬਰਬਾਦ ਕਰਦਾ ਨਾਲੇ ਆਪਦੀ ਸਿਹਤ ਖਰਾਬ ਕਰਦਾ ਡਾਕਟਰ ਨੇ ਵੀ ਕਹਿਤਾ ਵੀ ਜੇ ਤੂੰ ਹੁਣ ਦਾਰੂ ਪੀਤੀ ਤੇਰਾ ਲੀਵਰ ਖਤਮ ਹੋ ਜੂ ਜਮਾ ਜੋ ਸੋਚਦੇ ਹੀ ਨਹੀਂ ਕੁਛ ਉਹ ਚਲੋ ਸਭ ਛੱਡੋ ਮੈਨੂੰ ਨਹੀਂ ਪਤਾ ਬਸ ਅੱਗੇ ਤੋਂ ਤੁਸੀਂ ਮੈਨੂੰ ਦੋਗੇ ਤੁਹਾਡੇ ਸਾਰੇ ਚਲ ਆਪਾਂ ਐਂ ਕਰਾਂਗੇ ਯਾਰ ਥੋੜੇ ਮੋਟੇ ਭਾਬੀ ਨੂੰ ਦੇ ਦਿਆ ਕਰਾਂਗੇ ਹਨਾ ਮਾੜਾ ਮੋਟਾ ਚਲਾਈ ਚੱਲੂ ਕਰਕੇ ਚਲੋ ਥੋੜਾ ਬੋਟਾ ਦੇ ਦਾ ਪਰ ਐਂ ਤਾਂ ਨਹੀਂ ਹੁਣ ਸਾਰੇ ਹੀ ਤੁਸੀਂ ਉਹਨਾਂ ਦੇ ਹੱਥ ਨਹੀਂ ਚਲ ਸਾਰੇ ਨਹੀਂ ਫੜਾਉਂਦਾ ਕੋਈ ਚੱਕਰ ਨਹੀਂ ਤੇ ਬਾਕੀ ਆ ਹੁਣ ਰੰਗ ਰੰਗ ਵਾਲਿਆਂ ਦੇ ਵੀ ਦੇਣੇ ਪੈਣਗੇ ਪੈਸੇ ਤੈਨੂੰ ਪਤਾ ਨਾ ਹਾਂ ਚਲ ਕੋਈ ਨਹੀਂ ਇੰਨਾ ਚਲ ਜਿਹੜੇ ਕਿਹੜਾ ਲੱਗਣਗੇ ਹਨਾ ਘਰ ਵਧੀਆ ਬਣ ਗਿਆ ਆਪਣਾ ਹਾਂ ਠੀਕ ਹੈ ਬਾਈ ਨੂੰ ਸਮਝਾ ਕੇ ਦੇਖੂਗਾ ਜੇ ਸਮਝ ਗਿਆ ਠੀਕ ਆ ਹਨਾ ਕਰ ਲੂ ਕੰਮ ਨਹੀਂ ਬਈ ਫਿਰ ਉਹਦੀ ਮਰਜ਼ੀ ਆ ਮੈਂ ਤਾਂ ਕੁਝ ਕਰ ਵੀ ਨਹੀਂ ਸਕਦਾ ਫਿਰ ਇਹ 'ਚ ਚਲੋ ਠੀਕ ਹੈ ਕੋਈ ਨਹੀਂ ਦੇਖਦੇ ਅੰਜਲੀ ਚਾਹ ਲੈ ਕੇ ਆਵਾਂ ਹਾਂ ਦੀਦੀ ਲਿਆ ਦੋ ਆ ਗਈ ਆ ਚੁੱਪ ਕਰ ਜਾ ਸਿੰਘ ਹੁਣ ਨਾ ਬੋਲੀ ਚੰਗਾ ਵੀ ਭਾਬੀ ਸੁਣ ਨਹੀਂ ਨਹੀਂ ਭਾਬੀ ਹੋਰ ਦੀ ਜੈਸਮੀਨ
अच्छा वो तो ना कल मैं ऐ कह लग गया मम्मी जो चाचा सवेरे चाची लैन जाओगे भी असीं नाल जावांगे फिर आपके नानके उतर गया तो मैं ही चढ़ा देना सी दोनों मैं चल जा है मोड़ भी नाल ही चढ़ा देनी है चल गए चलो तो ठीक है दीदी मैं भी कर रही सी कि तुसी अनमोल ते क्यों डिपेंड रहने हो अनमोल ते रहने वाली की गल आ की गल कर दी है तू दस अनमोल बगाना गा छोटे तो लेके एड़ा तक हुण तक मैं ही कीता बगाने दी गल नहीं है दीदी देखो गुस्सा ना करियो पर ओदी भी कबीलदारी है देखो हैना कलू साडा भी घर मतलब अगे वधाउणा हैना हां हां ओ तो वधूगा सपना ला ते फिर ओदे वास्ते भी थोनू पता अगे सारी उम्र जोड़ना भी पैंदा कुछ ना कुछ हुण वीरा कुछ भी नहीं करता तुसी खुद सोचो ये चीज नु जे ओ जोड़ूगा कलू थोड़े जवाब लेण भी सारा लगु दो ने ब्योणियां भी तो हैगियां हाँ हाँ वो तो सारिया गल मैं तेरिया समझ रही अंजलि यह जी कोई गल नहीं मैं भी उन्होंने कहनी हूँ तेरे वीर ने तेन पता भी लाड़ी पैंता वो रोज आप ही भी हौली हौली सुधर जूगा सच्ची गल है बैठ के एक दिन समझाओ चंगी तरह भी ऐ नहीं घर चलते होंगे खर्चा अगली बंदे दे पैसे असीं खाई जांदे आ सारा घर ओहदे सिर ते चलदा गा एह कड़ा मैनूं कमाई लिया के फड़ाउंदा गा हाए रब्बा मैं की करूं मेरे तां जवाक करना भी उधरों कोई कम भी नहीं करदा गा लगता हम तो यार आपका कम ही करना पड़ेगा करो हम तो भी पैसे देने हट गए तो ना ऐठी को पयो वीर तुसी ये साडा रूम है ते मेरा भी घर है थोड़ा किथों हो गया अनमोल ने तो सारे पैसे लाए हक जो तुम तुसी मुरे हो जाते हो ते फिर की होगा तू कल भी आ गया जे मेरे ते रो मार दिया तू मैं कल भी आई हां ते तुसी परसों दे रहने हो इथे थोनू आकल नहीं है कि माड़ा मोटा काम कुम कर लिए आपके छोटे भरा दे पैसे ते ऐश करी जाने हो सारा दस्ता मैंने दीदी ने मेरे को ज्यादा बोलना तू इतो बग जा मैं क्यों जा मैं तुसी जाओ कमरा मेरा है
ਮੇਰੇ ਭਰਾ ਦਾ ਕਮਰਾ ਹੀ ਇਹੋ ਜਿਹੀ ਗੱਲ ਹੋ ਗਈ ਦੇਖੋ ਕਿਵੇਂ ਲਿਟੇ ਪਏ ਆ ਉਹ ਬਾਈ ਯਾਰ ਮਾੜਾ ਮੋਟਾ ਸਮਝ ਜਾ ਯਾਰ ਹੱਥ ਬੰਨੇ ਬਾਈ ਬਣ ਕੇ ਤੇਰੇ ਮੂਹਰੇ ਨਾਲੇ ਆਪਦੀ ਨੂੰਹ ਹਾਰ ਗਈ ਭਰਜਾਈ ਨੂੰ ਕੀ ਬੋਲੀ ਜਾਂਦਾ ਮੇਰੇ ਮੂਹਰੇ ਬੋਲਦੀ ਆ ਬਾਈ ਯਾਰ ਇਹ ਯਾਰ ਮੂਹਰੇ ਹੁਣ ਬਾਈ ਬੁਲਾਏਗਾ ਯਾਰ ਮੈਨੂੰ ਵੀ ਬੁਲਾਏਗਾ ਤੂੰ ਮੂਹਰੇ ਮੈਂ ਚਾਹੁੰਦਾ ਨਹੀਂ ਸੀ ਤੇਰੇ ਮੂਹਰੇ ਬੋਲਣਾ ਕੱਲ ਨੀ ਆਈ ਹਜੇ ਯਾਰ ਯਾਰ ਬਾਈ ਕਰਤਾ ਇਹਦਾ ਵੀ ਯਾਰ ਤੂੰ ਲੱਛਣ ਕੀ ਕਰਦਾ ਫਿਰਦਾ ਐਡੀ ਉਮਰ ਹੋ ਗਈ ਮਾੜਾ ਮੋਟਾ ਦੇਖ ਲਾ ਪਿੱਕ ਪਵਾਉਂਦੀ ਆ ਬਾਈ ਯਾਰ ਗੱਲ ਪਿੱਕਦੀ ਨੀ ਬਾਈ ਯਾਰ ਹੁਣ ਮੈਂ ਵੀ ਤੇ ਮੈਂ ਸਿਆਣਾ ਯਾਰ ਮੈਂ ਕਿਹੜਾ ਪਾਗਲ ਆ ਲੱਗ ਜਾ ਹੁਣ ਤੂੰ ਵੀ ਇਹਦੇ ਮਗਰ ਬਾਈ ਤੂੰ ਸਾਰੇ ਪੈਸੇ ਸੱਟਾਂ ਦੇ ਬਰਬਾਦ ਕਰੀ ਨਾ ਦਾਰੂ ਪੀ ਲੈਣਾ ਜਰਦਾ ਲਾ ਲੈਣਾ ਕੋਈ ਹੋਰ ਨਸ਼ਾ ਹੈਗਾ ਤੋ ਵੀ ਲੱਗ ਜਾ ਬਰਬਾਦ ਕਰਦੇ ਬਾਈ ਘਰ ਨੂੰ ਜਿਹੜਾ ਬਣਾਇਆ ਬਾਈ ਮੈਂ ਆਪਦੇ ਪੈਸੇ ਬਰਬਾਦ ਹੋਇਆ ਬਾਈ ਤੂੰ ਚੱਲ ਯਾਰ ਆਪਦੇ ਰੂਮ ਚ ਮੇਰੇ ਕਮਰੇ ਚ ਨਾ ਆਇਆ ਕਰ ਬਾਈ ਯਾਰ ਮੈਂ ਤੂੰ ਕਰ ਬਾਈ ਯਾਰ ਮੇਰੇ ਸਾਲਿਆਂ ਨੇ ਮੈਨੂੰ ਘਰੋਂ ਕੱਢਿਆ ਇਹਨਾਂ ਦੀ ਕੀ ਔਕਾਤ ਮੇਰੇ ਮੂਹਰੇ ਬੋਲਣ ਦੀ ਦੇਖੂ ਮੈਂ ਤੜ ਕੇ ਗੱਲੇ ਗੱਲੇ ਨੂੰ ਜਿਹੜੇ ਬੋਲਣੇ ਅਗਲਾ ਤਿੰਨ ਮਾਰਦਾ ਸ਼ਰੀਕ ਹੁਣ ਉਹ ਜਵਾਕ ਨੀ ਰਹੇਗਾ ਕਿਹੜੇ ਕੰਜਰ ਨੇ ਕੱਢਤਾ ਤੈਨੂੰ ਘਰੇ ਤੂੰ ਉਹਨਾਂ ਜਾ ਕੇ ਰੂਮ ਚ ਪੈ ਗਿਆ ਇੰਨੀ ਸੁਰਤ ਨੀ ਰੱਖਦੇ ਵੀ ਉਧਰੋਂ ਬੈਠੀ ਹੁੰਦੀ ਉਹ ਵਿਚਾਰੀ ਰੋਟੀ ਪਾਉਣ ਗਈ ਸੀ ਰਸੋਈ ਚ ਕੋਈ ਨਾ ਮੈਨੂੰ ਹੋ ਜਾਂਦੇ ਤੜਕੇ ਰੈਡੀ ਮੈਂ ਕਰਦਾ ਵਾ ਮਾਨ ਤੱਕ ਸੰਭਾਲ ਕੇ ਤੂੰ ਪਹਿਲਾਂ ਆਪਦੇ ਆਪ ਨੂੰ ਸੰਭਾਲਾ ਠੀਕ ਹੈ ਨਾ ਮੈਂ ਤਾਂ ਕਹਿੰਦੀ ਹਜੇ ਵੀ ਤੂੰ ਵੀ ਮੇਰੇ ਮੂਹਰੇ ਬੋਲਣਾ ਹੁਣ ਠੀਕ ਹੈ ਪਕ ਜਾ ਕਰਾ ਕੇ ਬੇਇੱਜ਼ਤੀ ਆ ਤੇਰੇ ਤੇ ਨਾ ਕੱਢਣਾ ਪੈ ਜੇ ਮੇਰੇ ਤੇ ਕਾਹਦਾ ਕੱਢੋਗੇ ਗੁੱਸਾ ਕਰ ਦੋਗੇ ਗੁੱਸਾ ਸਾਨੂੰ ਆਇਆ ਲੱਗਦਾ ਤੁਹਾਡੇ ਤੇ ਨਾ ਸਾਨੂੰ ਸਾਰੇ ਟੱਬਰ ਨੂੰ ਚੱਲ ਠੀਕ ਹੋ ਕੇ ਪੈ ਜਾ ਹੁਣ ਕਿਵੇਂ ਪਏ ਆ ਵੀ ਮੈਂ ਤਾਂ ਇਹ ਕਰੂੰ ਕਰ ਲਓ ਜਿਹੜਾ ਕੁਛ ਕਰਨਾ ਤੁਸੀਂ ਆਏ ਲੰਗ ਛੱਟੇ ਹੋਈ ਮੈਨੂੰ ਦੋ ਲਾ ਕਰ ਲਿਓ ਕਰ ਦਿਓ ਘਰ ਬਰਬਾਦ ਕਰ ਲਿਓ ਜਿਹੜਾ ਹੁੰਦਾ ਮਾੜਾ ਮੋਟਾ ਹਿੱਸਾ ਬਰਦ ਬੋਲਿਆ ਗਿਆ ਮੈਂ ਬਈ ਤੂੰ ਬੋਲਣ ਦੇ ਹੱਕ ਯੋਗ ਹੈਗੀ ਸੀਗੀ ਠੀਕ ਹੈ ਜਿਵੇਂ ਕਿਵੇਂ ਬੋਲਦਾ ਸੀ ਕੁੜੀ ਨੂੰ ਭਾਬੀ ਪਤਾ ਕੀ ਗੱਲ ਆ ਬੋਲਣਾ ਮੈਂ ਚਾਹੁੰਦਾ ਨੀ ਸੀ ਪਰ ਬਾਈ ਦੇ ਹਰਕਤਾਂ ਕਰਕੇ ਮੈਨੂੰ ਬੋਲਣਾ ਪਿਆ ਉਹਨੂੰ ਸਿਰ ਚੜ ਚੜ ਬੋਲਦਾ ਸੀ ਉਹਦੇ ਮੈਂ ਬਈ ਕਿਵੇਂ ਸੁਣੂੰਗਾ ਨਾ ਮੈਨੂੰ ਉਹ ਤਾਂ ਚੱਲ ਤੇਰੀ ਗੱਲ ਸਿਆਣੀ ਆ ਉਹ ਤਾਂ ਤੂੰ ਭਾਬੀ ਮੈਂ ਪੈਸਿਆਂ ਨੂੰ ਜਵਾਬ ਨਹੀਂ ਦਿੰਦਾ ਪੈਸੇ ਮੈਥੋਂ ਜਿੰਨੇ ਮਰਜ਼ੀ ਲੈ ਲੇ ਪਰ ਪੁੱਠੇ ਕੰਮਾਂ ਤੇ ਤਾਂ ਨਾ ਖਰਾਬ ਕਰੇ ਅਣਗੋਲ ਮੈਂ ਵੀ ਤੈਨੂੰ ਇਹੀ ਕਹਿੰਦੀ ਹਾਂ ਵੀ ਤੇਰੇ ਭਰਾ ਨੂੰ ਹੁਣ ਆਪਾਂ ਕਿਵੇਂ ਹਟਾਈਏ ਕੀ ਕਹੀਏ ਆਪਾਂ ਐਂ ਕਿਵੇਂ ਐਂ ਤਾਂ ਦੇਖ ਮੈਂ ਉਹਨੂੰ ਕਿੰਨੇ ਵਾਰੀ ਸਮਝਾਇਆ ਵੀ ਆ ਵੀ ਨਾ ਭਾਈ ਸੱਤੇ ਲਾਇਆ ਕਰ ਨਾ ਦਾਰੂ ਪੀਆ ਕਰ ਨਾ ਕੋਈ ਪੁੱਠੇ ਕੰਮ ਕਰਿਆ ਕਰ ਮੁੜ ਕੇ ਬਾਪੂ ਜੀ ਨੂੰ ਲੈ ਕੇ ਬਹਿਆ ਕਹਿੰਦਾ ਬਾਪੂ ਕਿਹੜਾ ਭੁੱਕੀ ਨਹੀਂ ਖਾਂਦਾ ਸੀ ਬਾਪੂ ਕਿਹੜਾ ਐਂ ਕਰਦਾ ਸੀ ਮੈਂ ਬਾਪੂ ਦੀ ਗੱਲ ਕੁਛ ਹੋਰ ਆ ਠੀਕ ਹੈ ਬਾਪੂ ਜੀ ਭੁੱਕੀ ਖਾਂਦਾ ਸੀ ਦਿਨ ਰਾਤ ਹਲ ਵੀ ਵਾਹੁੰਦਾ ਸੀ ਮਿਹਨਤ ਵੀ ਕਿੰਨੀ ਕਰਦਾ ਸੀ ਚਲੋ ਭਾਬੀ ਨਸ਼ਾ ਪੱਤਾ ਹੁੰਦਾ ਚੱਲ ਦਾਰੂ ਹੈ ਕਦੇ ਪੀੜੀ ਆਪਾਂ ਆਏ ਨੀ ਕਹਿੰਦੇ ਵੀ ਦਾਰੂ ਨਾ ਪੀਵੇ ਸਾਰੀ ਪੀਂਦੇ ਆ ਦਾਰੂ ਬਾਪੂ ਦੀ ਗੱਲ ਵੀ ਮੈਂ ਦੱਸੀ ਵੀ ਉਹ ਤਾਂ ਨਸ਼ੇ ਕਰਦੇ ਸੀ ਪੁਰਾਣੇ ਬੁੜੇ ਤਾਂ ਵੀ ਤੁਸੀਂ ਉਹਨਾਂ ਨਾਲ ਕਿੱਥੋਂ ਅਗਲੇ ਜੱਗ ਜੱਗ ਭਰ ਕੇ ਦੁੱਧ ਵੀ ਪੀ ਜਾਂਦੇ ਸੀ ਕੰਮ ਕਰਨਾ ਸੀ ਉਹਨਾਂ ਦਾ ਕੰਮ ਕਰਨਾ ਸੀਗਾ ਤਾਂ ਭੁੱਖਾਂ ਖਾਂਦੇ ਸੀ ਵੀ ਉਹ ਨਸ਼ੇ ਚੋਂ ਨਸ਼ਾ ਨਹੀਂ ਕਰਦੇ ਸੀ ਵੀ ਤੁਸੀਂ ਹੁਣ ਨਵੇਂ ਮੀਡੀਅਰ ਨੇ ਨਸ਼ੇ ਨੂੰ ਨਸ਼ੇ ਹੀ ਬਣਾ ਲਿਆ ਤੇ ਆਪਣੀਆਂ ਜਾਨਾਂ ਦੇ ਹੀ ਕਦੇ ਖੇਤ ਜਾ ਕੇ ਨਹੀਂ ਦੇਖਿਆ ਠੇਕੇ ਤੇ ਦੇ ਛੱਡੀ ਹੈ ਵੀ ਇਹਨੂੰ ਕੀ ਹੋਇਆ ਹੱਟਾ ਕੱਟਾ ਹੈਗਾ ਕੰਮ ਕਰ ਲੈ ਖੇਤ ਪੈਸੇ ਮਿਲ ਜਾਂਦੇ ਤੇ ਇੱਥੋਂ ਭਾਈ ਹੋਰ ਕੀ ਕੀਤਾ ਜਾਂ ਕੁਛ ਤਾਂ ਪੈਸੇ ਮਿਲ ਬੰਦ ਕਰੇ ਆ ਹਾਂ ਹੁਣ ਮੈਂ ਹੁਣ ਭਾਬੀ ਤੈਨੂੰ ਸਾਰੇ ਪੈਸੇ ਤੈਨੂੰ ਫੜਾਉਂਦਾ ਸੀ ਮੈਂ ਕਦੇ ਤੈਨੂੰ ਪੁੱਛਿਆ ਨਹੀਂ ਸੀ ਜਦੋਂ ਕਿਤੇ ਲੋੜ ਸੀ ਤੇਥੋਂ ਵੜਦਾ ਤੈਨੂੰ ਮਾਮਾ ਨੂੰ ਸਮਝਦਾ ਨਹੀਂ ਅਣਮੋਲ ਮੈਂ ਤੇਰੇ ਪੈਸੇ ਨਹੀਂ ਖਰਾਬ ਕੀਤੇ ਤੇਰੇ ਭਾਬੀ ਮੈਨੂੰ ਪਤਾ ਵੀ ਤੂੰ ਨਹੀਂ ਖਰਾਬ ਕਰੇ ਪਰ ਉਹ ਤੇਥੋਂ ਲੈ ਜਾਂਦਾ ਸੀ ਤੂੰ ਵੀ ਅੱਕੀ ਹੋਈ ਦਿੰਦੀ ਸੀ ਪੈਸੇ ਹਾਂ ਤੇਰੇ ਵਾਸਤੇ ਮੇਰੇ ਕੋਲ ਸਾਰੇ ਜੁੜੇ ਪਏ ਆ ਵੀ ਪੈਸੇ ਉਹ ਨਹੀਂ ਭਾਬੀ ਮੈਨੂੰ ਆਈ ਆ ਵੀ ਚੱਲ ਕੋਈ ਹਣਾ ਬਣ ਜੇ ਮੂੰਹ ਫਿਰ ਆ ਵਧੀਆ ਘਰ ਪੈ ਗਿਆ ਗਾਹਾਂ ਵੀ ਦੇਖਣਾ ਭਾਬੀ ਚੱਲ ਆਏ ਅਣਮੋਲ ਅਭੀ ਤੇਰੇ ਸਿਰ ਤੇ ਸੀ ਕਿੰਨਾ ਚਿਰ ਬੈਠਾ ਰਹਾਂ ਗਾਹਾਂ ਦੋ ਕੁੜੀਆਂ ਵੀ ਵਿਆਹਣਾ ਕੱਲ ਨੂੰ ਤੇਰੇ ਕੋਈ ਜਵਾਬ ਹੋਏ ਪਰ ਮਾਨ ਕੋਲ ਨਹੀਂ ਕਰਦਾ ਪਿੱਛੇ ਹਟਦਾ ਨਾ ਕੁੜੀਆਂ ਦਾ ਵਿਆਹ ਕਰਨੋਂ ਵਿਆਹ ਜਿੰਨੇ ਜੋਗਾ ਹੈਗਾ ਮੈਂ ਸਭ ਕੁਝ ਕਰੂੰਗਾ ਅਣਮੋਲ ਤੂੰ ਨਹੀਂ ਪਿੱਛੇ ਹਟਦਾ ਮੈਂ ਆਪਦੇ ਆਪ ਕਹਿੰਦੀ ਵੀ ਤੇਰੇ ਭਰਾ ਨੂੰ ਸੁਰਤ ਆਵੇ ਇਹਦੀ ਜ਼ਿੰਮੇਵਾਰੀ ਇਹ ਆਪ ਚੱਕੇ ਨਾ ਆਪਾਂ ਦੂਜੇ ਸਿਰ ਤੇ ਥੋੜੀ ਆਪਦੇ ਘਰ ਦੀ ਜ਼ਿੰਮੇਵਾਰੀ ਛੱਡਾਂਗੇ ਉਹੀ ਗੱਲ ਕਹਿਣਾ ਵੀ ਕਿਸੇ ਕੰਮ ਕਿਤੇ ਲੱਗੇ ਕੋਈ 5-4 ਹਜ਼ਾਰ ਤੀ ਲੱਗ ਜੇ ਇਹਦਾ ਧਿਆਨ ਨਸ਼ਿਆਂ ਚੋਂ ਹਟ ਜੂ ਸੱਟਿਆਂ ਚੋਂ ਹਟ ਜੂ ਹੋਰ ਸੱਟੇ ਘਰ ਪੱਟੇ ਆ ਕੇ ਕਿਹਨੇ ਬੰਨੇ ਆਗੇ ਅੱਗੇ ਪੈਸੇ ਇਹ ਤਾਂ ਲਾਲਚ ਹੋ ਜਾਂਦਾ ਜੇ ਅੱਜ ਆ ਬਰਬਾਦ ਕਰ ਰੱਖਿਆ ਚੱਲਾ ਆਈ ਜਾਂਦਾ ਹੁਣ ਪਤਾ ਨਹੀਂ ਕੀ ਕਰੂਗਾ ਹੋਰ ਉੱਠ ਗਏ ਜੀ ਮੈਂ ਚਾਹ ਰੱਖ ਕੇ ਇਸ ਪੀਏ ਹਾਂ ਪੀਏ ਸੀ ਹੁਣ ਫਰਮਾਓ ਕੀ ਕੰਮ ਆ ਹੁਣ ਤਾਂ ਕੰਮ ਹੀ ਹੋ ਸਾਡੇ ਤੱਕ ਪੈਸੇ ਮੰਗਣੇ ਆ 500 ਰੁਪਏ ਕਿਉਂ ਹਾਂ ਬਸ ਉਹੀ ਗੱਲ ਮੈਂ ਤੈਨੂੰ ਭਾਬੀ ਹੁਣ ਕਹਿ ਕੇ ਹਟਿਆ
दारू डक छी हो जाना तू तो शुरू बई यार कोई तेरे यार दोस्त ने कोई गलत नशा कराता ना चिट्टा चुट्टा कहते होंगे तेरी जिंदगी बगजू तू मर जाएगा जवाकड़िया रुल जान गिया मेरा की बनूगा दस सोडे बिना तुम तो जमी नहीं सोचते जो साड़ी फैमिली बनाई है मगर सोच लो भी भाई परिवार भी है भाई तेन पैसा कद जवाब नहीं दिता लग जा सट्टे लाने छड़ दे तेनू तेरी कुड़ियां दी सौं आ ऐ जे पुठे काम छड़ दे भाई बोल यार मैं भाई सौं ना पाया नशा भी कह दे भाई यार घटा दे वे भाई नशा दारू पीना ना जेडी छड़ मेरा कोई अंग पैर फड़ जू मेनू दे दे यार कुछ नहीं खड़दा भाई तेरा सट्टियां दी बर्बाद करना मेनू पता अद्धे सट्टे ला देगा दारू पी छड़ देगा कोई फायदा नहीं भाई मैं कमा भाभी चुप कर दे मैं तेनू पैसे ना कह मैं पैसे देन उड़ गई मेरी गल तो सुन वीरवर के देख जिथे तू इना घर बार चलाउणा मैं तां ए कहनी आ बे इक्को दम ते ए वी किथे नशा छड़ दे आपां मेनू मजबूर ना करो हौली हौली छड़ा दांगे आपां तुसी मन्नो जी पहला वी हां सी हौली हौली छड़ दा भाई हौली हौली नहीं मेरे नाल दुकान ते चलया कर सुन गया तां तो जो काम से सारा किसे कोल नहीं लगना ना लग मेरे नाल चल मैं तेनू काम सिखाऊं दुकान ते पर जे दारू सट्टा ते खराब करया मेरे को 1 रुपया नहीं हैगा भाई सारा घर मैं बनाया फिर मेनु घरों कढ़न तो मजबूर ना करी देख अनमोल इना जोर क्यों पाउंदा इहनू की है इह तां जवाक अपना कल नू शरीक भी बन जी जदों हुण बहू वध घट इहनू बोलूगी भाई जवाक मगर लगना पैंदा ठीक है इहदा जिंदगी खराब हो जू तेरा लीवर डाक्टर कोल गए सी तेरा लीवर सारा खत्म होया पिया है इही गल है हुण दारू पीऊगा तां मर जूगा हुण तू देख ला भाई आपदी जिंदगी जीनी है के मरना है मेथों ले जा पैसे ले पड़ भाई रात आ ले पैसे ले जा शर्मिंदगी बनदा है ठीक है चक पैसे ते ले जा ਕੁਛ ਮਰਜੀ ਕਰ ਕੂਚ ਮਾਰਸ਼ਾਲ ਬਈ ਅਨਮੋਲ ਰਹਿਣ ਦੇ ਚੱਲ ਕੋਈ ਗੱਲ ਇਹ ਤੇ ਜਦੋਂ ਹਟਣਾ ਹੀ ਨਹੀਂ ਇਹਨੇ ਨਹੀਂ ਇਹ ਹਟ ਜੂਗਾ ਕੋਈ ਗੱਲ ਨਹੀਂ ਤੇਰੀ ਜ਼ਿੰਦਗੀ ਬਰਬਾਦ ਹੋਈ ਜਾਂਦੀ ਆ ਹਟ ਜਾ ਜਾਣਾ ਤੁਸੀਂ ਕਾਤੋਂ ਆਏ ਆ ਫੜ ਪੈਸੇ ਆ ਲੈ ਜਾ ਬੜੂਆ ਚੱਕ ਤੋ ਯਾਰ ਕੂਚ ਮਾਰਸ਼ਾਲ ਕਹਿੰਦਾ ਤੈਨੂੰ ਅਨਮੋਲ ਯਾਰ ਤੂੰ ਬਈ ਦੇਖ ਛੱਡਣਾ ਛੱਡ ਦੇ ਯਾਰ ਆਪਾਂ ਆ ਤੇਰੇ ਪਾਸ ਚ ਹੈਗਾ 10-20 ਹਜ਼ਾਰ ਰੁਪਇਆ ਠੀਕ ਆ ਯਾਰ ਆ ਤੋਂ ਨਹੀਂ ਅਨਮੋਲ ਤੂੰ ਰੱਖ ਲਾ ਦੇ ਪੈਸੇ ਇਹਨੂੰ ਦੁਕਾਨ ਤੇ ਲੈ ਜਾ ਜੇ ਮਾੜਾ ਮੋਟਾ ਤਾਂ ਨਸ਼ਾ ਅਨਮੋਲ ਇਹਨੂੰ ਦੇਣਾ ਕੋਈ ਇੱਕੋ ਦਮ ਤਾਂ ਕਿ ਬਈ ਮੈਂ ਤੈਨੂੰ ਦਾਰੂ ਨਹੀਂ ਕਹਿੰਦਾ ਵੀ ਛੱਡਣਾ ਥੋੜੀ ਥੋੜੀ ਕਰਕੇ ਘਟਾ ਦੇ ਪਰ ਆ ਸੱਟੇ ਛੱਡ ਦੇ ਸਹੀ ਗੱਲ ਚਲ ਠੀਕ ਆ ਬਾਈ ਇਹਨੂੰ ਤੇ ਤਾਂਸ਼ ਜੂਏ ਚ ਜਿਹੜਾ ਖੇਡਦਾ ਉਹ ਤਾਂਸ਼ ਕੁੱਟ ਲੈ ਕਰ ਦੁਕਾਨ ਤੇ ਬੈ ਕੇ ਨਾ ਜੂਆ ਕੱਢਿਆ ਕਰ ਲੋਕ ਵੀ ਗੱਲਾਂ ਕਰਦੇ ਬੇਲੜਾ ਤੇਰਾ ਵੱਡਾ ਭਰਾ ਮੇਰੇ ਨਾਲ ਦੁਕਾਨ ਤੇ ਚੱਲ ਮੈਂ ਤੈਨੂੰ ਸਾਰਾ ਕੰਮ ਸਿਖਾਉਂਗਾ ਅੱਜ ਤੋਂ ਮੁੜ ਕੇ ਅੱਜ ਤੋਂ ਬਾਅਦ ਸੱਟਾਂ ਨਹੀਂ ਲਾਉਣਾ ਕੋਈ ਵੀ ਚਲ ਠੀਕ ਆ ਬਾਈ ਚੱਲ ਜੇ ਆਪਾਂ ਦੁਕਾਨ ਤੇ ਚੱਲਦੇ ਆ ਤੇ ਚੱਲ ਮੇਰੇ ਨਾਲ ਦੁਕਾਨ ਤੇ ਨਾਲੇ ਹੁਣ ਤਾਂ ਉੱਠ ਕੇ ਆ ਪਰ ਕੀ ਨਾ ਹੋਊਗਾ ਚੱਲ ਆਏ ਕਰ ਨਾਲ ਆ ਜਾਊਗਾ ਰੋਟੀ ਰੋਟੀ ਖਾ ਕੇ ਭਾਬੀ ਸੁੱਤ ਦੇਖੀ ਉਹਦੀ ਕਿਵੇਂ ਕਰੀ ਜਾਂਦਾ ਤਾਈ ਤਾਂ ਕਹਿੰਨੀ ਆ ਨਾ ਨੂੰ ਇਹਨੂੰ ਨਾ ਲੈਂਦੇ ਚਾਹ ਪਿਆ ਤੇ ਅਸੀਂ ਦੁਕਾਨ ਤੇ ਜਾਂਦੇ ਚਾਹ ਪਹਿਲਾਂ ਮੈਨੂੰ ਨਾ ਭੁੱਖੀ ਰਹਿ ਰਿਆ ਥੋੜੀ ਜਿਹੀ ਮੈਂ ਤਾਂ ਹੱਡ ਪੈਰ ਦੁਖੀ ਹੁਣ ਆਹ ਦਾਰੂ ਛੱਡੀ ਤਾਂ ਭੁੱਖੀ ਭਾਬੀ ਫਿਰ ਕੀ ਕਰੇ ਇੱਕ ਬੈਲ ਹੈ ਨਹੀਂ ਸੇ ਨੂੰ ਹੁਣ ਮੋੜ ਖਾਣਾ ਪੀ ਕੇ ਅੱਗ ਸਵਾ ਖਾਂਦਾ ਸੀ ਭੁੱਖੀ ਨਾ ਦੇ ਥੋੜੀ ਜਿਹੀ ਯਾਰ ਮੈਨੂੰ ਨਾ ਹੱਡ ਪੈਰ ਬਹੁਤ ਦੁਖੀ ਹੁੰਦੇ ਫਿਰ ਮੈਂ ਤੇਰੇ ਨਾਲ ਦੁਕਾਨ ਤੇ ਚੱਲੂਗਾ ਇਹਨੂੰ ਮੈਂ ਦੱਸਿਆ ਸੀ ਅੱਗੇ ਭੁੱਖੀ ਮਾੜੀ ਨਹੀਂ ਸੀ ਮਾੜੀ ਮੋਟੀ ਅਗਲੇ ਬਾਪੂ ਕਰਦੇ ਤਾਂ ਖਾਂਦੇ ਸੀ ਖੇਤਾਂ 'ਚ ਕੰਮ ਕਰਨਾ ਭੁੱਖੀ ਖਾਣ ਨੂੰ ਹਾਂ ਫਿਰ ਬਾਪੂ ਅੱਜ ਕੱਲ ਤਾਂ ਭੁੱਖੀ ਵੀ ਲੋਕਾਂ ਨੇ ਐਂ ਬਣਾ ਛੱਡੀ ਐ ਤਾਈ ਤਾਂ ਕਹਿੰਦੇ ਨਸ਼ੇ ਲਾ ਰੱਖੇ ਮੁੰਡਿਆਂ ਨੇ ਨਵੇਂ ਬੜੀ ਨੇ ਤਾਂ ਤੁਰਿਆ ਨਹੀਂ ਜਾਂਦਾ ਤਾਂ ਭੁੱਖੀ ਖਾ ਲੋ ਪੀਮ ਖਾ ਲੋ ਐਂ ਥੋੜੀ ਹੁੰਦਾ ਬਾਈ ਯਾਰ ਛੱਡ ਦੇ ਮੇਰੇ ਕੋਲ ਹੈ ਨਹੀਂ ਕੁਛ ਯਾਰ ਭਾਬੀ ਪਾਸੋਂ ਰਿਪੋਰਟ ਆਈ ਐ ਦੀ ਸਾਰਾ ਕੁਝ ਗਲ ਗਿਆ ਦਾ ਅੰਦਰੋਂ ਦਾਰੂ ਪੀਣ ਨਾਲ ਮੈਂ ਤਾਂ ਦੱਸਦਾ ਨਹੀਂ ਸੀ ਉਹਨਾਂ ਰੱਖਦਾ ਸੀ ਵੀ ਚੱਲ ਹਟ ਜੂ ਪਰ ਕਿੱਥੇ ਹਟਦਾ ਇਹ ਅੱਛਾ ਬਾਈ ਹਾਂ ਖੁੱਲ ਗਿਆ ਅੱਖਾਂ ਉਹਨਾਂ ਦੀਆਂ ਮੈਂ ਤੂੰ ਮੇਰੀ ਅੱਖਾਂ ਖੋਲਤੇ ਯਾਰ ਬਾਈ ਮੈਂ ਤੂੰ ਬਚਾ ਲਾ ਤੇਰੇ ਵੀਰੇ ਨੂੰ ਦਵਾਈ ਦਵਾ ਕੇ ਬਚਾ ਲਾ ਭਾਬੀ ਮੈਂ ਹੋਰ ਕਿਉਂ ਕਹੀਏ ਨਾ ਮੇਰਾ ਤਾਂ ਇਹ 2 ਲੱਖ ਲੱਗ ਜੇ ਪਰ ਇਹ ਤਾਂ ਦਾਰੂ ਦਾਰੂ ਤਾਂ ਛੱਡੇ ਜੋ ਦਾਰੂ ਨਹੀਂ ਛੱਡਦਾ ਫਿਰ ਕਿੱਥੋਂ ਇਲਾਜ ਹੋ ਜੂ ਮੈਨੂੰ ਬਚਾ ਲਓ ਕੋਈ ਨਾ ਜੀ ਹੈਗੇ ਆ ਹੁਣ ਬਚਾ ਲਓ ਬਾਈ ਮਾੜਾ ਮੋਟਾ ਦੇਖ ਕੇ ਚੱਲੀਦਾ ਹੁੰਦਾ ਚੱਲ ਕੋਈ ਨਾ ਮੋਲ ਤੇਰਾ ਭਰਾ ਨਾ ਨੂੰ ਕਿਉਂਦਾ ਦੁਕਾਨ ਤੇ ਤੂੰ ਬਾਲਾ ਘਰ ਬਣਾਓ ਠੀਕ ਹੈ ਚੱਲ ਤੂੰ ਹੁਣ ਮੋਲ ਆਪਾਂ ਡਾਕਟਰ ਕੋਲ ਚੱਲਦੇ ਆ ਦੁਕਾਨ ਦਾ ਤਾਂ ਛੱਡ ਕੋਈ ਨਾ 2 ਦਿਨ ਤੇ ਮੈਂ ਤੈਨੂੰ ਦਵਾਈ ਦਵਾ ਕੇ ਲਿਆਉਂਗਾ ਚੱਲ ਚੱਲੀ ਹੁਣ ਮੋਲ ਤੇ ਚੱਲਦੇ ਆ ਤੇ ਬਾਈ ਬਣ ਕੇ ਅੱਜ ਤੋਂ ਬਾਅਦ ਆ ਛੱਡ ਦੇ ਚੱਲ ਠੀਕ ਹੈ ਬਾਈ ਤੈਨੂੰ ਤੂੰ ਨਾ ਮਾਫੀ ਮੰਗ ਮੈਨੂੰ ਮਾਫੀ ਮੰਗ ਹਾਂਜੀ ਦੋਸਤੋ ਸਾਡੀ ਵੀਡੀਓ ਨੂੰ ਚੱਲਦੀ ਨੂੰ ਕਰ ਦਿਓ ਲਾਈਕ ਕਮੈਂਟ ਸ਼ੇਅਰ ਵੀ ਕਰ ਦਿਓ ਤੇ ਬਾਈ ਬਣ ਕੇ ਨਸ਼ੇ ਨਾ ਕਰਿਆ ਕਰੋ ਤੇ ਸੱਟੇ ਨਾ ਲਾਇਆ ਕਰੋ ਸੱਟੇ ਘਰ ਬਰਬਾਦ ਕਰ ਦਿੰਦੇ ਹੁੰਦੇ ਆ ਆ ਤੁਸੀਂ ਦੇਖ ਹੀ ਲਿਆ ਆ ਟੋਨੀ ਫਿਲਮੀ ਨਸ਼ੇ ਕਰਦਾ ਸੱਟੇ ਲਾਉਂਦਾ ਬਾਈ ਬਣ ਕੇ ਪੁੱਠੇ ਕੰਮ ਨਾ ਕਰਿਆ ਕਰੋ ਸਹੀ ਗੱਲ ਹੈ ਜੀ ਨਾਲੇ ਜਿਹੜਾ ਆਪਣਾ ਪਰਿਵਾਰ ਹੁੰਦਾ ਉਹ ਆਪਾਂ ਨੂੰ ਕਿਉਂ ਹਟਾਉਂਦਾ ਹੁੰਦਾ ਆਪਣੀ ਜ਼ਿੰਦਗੀ ਵਾਸਤੇ ਥੋੜਾ ਨਾ ਹਟਾਉਂਦੇ ਆ ਉਹਨਾਂ ਨੂੰ ਤਾਂ ਇਹ ਹੈ ਕਿ ਤੁਸੀਂ ਬਚ ਜਾਓ ਤੁਸੀਂ ਨਾ ਮਰੋ ਜਦੋਂ ਤੁਸੀਂ ਮਰ ਜਾਓਗੇ ਪਰਿਵਾਰ ਤਾਂ ਫਿਰ ਆਪੇ ਮਰਿਆ ਮਰਾਈ ਹੈ ਸਤਿ ਸ਼੍ਰੀ ਅਕਾਲ ਬਾਈ ਇੱਕ ਛੋਟਾ ਜਿਹਾ ਮੈਸੇਜ ਸੀ
ਤੇ ਗੌਰ ਕਰੋ ਅਸੀਂ ਵੀ ਕੋਈ ਬਾਲੇ ਸਿਆਣੇ ਨਹੀਂ ਹੈਗੇ ਬਸ ਇੱਕ ਆ ਛੋਟਾ ਜਿਹਾ ਮੈਸੇਜ ਦਿੱਤਾ ਤੇ ਐਵੇਂ ਤਾਂ ਨਹੀਂ ਕਿਹਾ ਕਿਸੇ ਨੇ ਸੱਟੇ ਕਰ ਪੱਟੀ ਹਾਂ ਧੰਨਵਾਦ ਧੰਨਵਾਦ